कपूर से तो बोल रहा कि जो सेंट्रल गौरमेंट किसानों का धक्का कर रही है इनू धक्का करना बंद करे तो किसानों दी मंगां पूरियां मंगियां मनियां जान। तो असी किसान यूनियन के नाल मैं कल्ला नहीं, मेरा बेटा पीटर विरदी इंग्लैंड असी इत्थे जदों जहद हर वेले हाजिर होवांगे, जिथे भी तन मन की लोड़ पे असी उत्थे हाजिर होवांगे। वाहे खालसा वाहे जी। सर तुहाडे बेटे वालों किसान अंदोलन इंग्लैंड जी एक मतलब एक अंदोलन का रूप दिता जा रहा, तो कहो जिहा मान महसूस हो रहा? सानू बड़ी खुशी आ कि साडे बच्चे इंग्लैंड जम के बाहर जम के फिर भी किसानों नाल जुड़े हुए आ और इहदा जुड़े रहणगे क्योंकि साडा साडे विच किसानी का खून आ। असी गल कीती जावे सेंटर सरकार दी नीतियां दी, ते इहनूं तुसीं किद्दां देखदे? वो तो हर एक नूं पता जी कि साडे नाल बहुत माड़ा हो रहा किसानों के नाल, तो उन्होंने इन्ना माड़ा करना नहीं चाहिए कि सारे ये अन्नदाता अन्नदाता हर एक रोटी दिंदा आ ते इहनूं वो खराब कर दिया तो वो रोटी कितों खाणगे? ਕਿੱਕਰਾ ਵੇ ਕੰਡਿਆਲਿਆ ਉੱਤੋਂ ਚੜਿਆ ਪੋ, ਹੱਕ ਜਿਨ੍ਹਾਂ ਦੇ ਆਪਣੇ ਆਪੇ ਲੈਣਗੇ ਹੋ। ਇਹ ਜਿਹੜਾ ਸੰਘਰਸ਼ ਆ ਇਹ ਇੱਕ ਪਿੰਡ ਦਾ ਨਹੀਂ, ਇੱਕ ਸ਼ਹਿਰ ਦਾ ਨਹੀਂ, ਇੱਕ ਜ਼ਿਲ੍ਹੇ ਦਾ ਨਹੀਂ, ਇੱਕ ਸਟੇਟ ਦਾ ਨਹੀਂ, ਇੱਥੋਂ ਤੱਕ ਕਿ ਹੁਣ ਪੂਰੇ ਹਿੰਦੁਸਤਾਨ ਦਾ ਨਹੀਂ, ਇਹ ਵਰਲਡ ਦੇ ਵਿੱਚ ਜਿੱਥੇ ਜਿੱਥੇ ਵੀ ਪੰਜਾਬੀ ਔਰ ਹਿੰਦੁਸਤਾਨੀ ਬੈਠਾ ਉਹ ਸਾਰਿਆਂ ਦੀ ਆਵਾਜ਼ ਬਣ ਚੁੱਕਾ। ਔਰ ਇੱਥੋਂ ਤੱਕ ਕਿ ਜਿਹੜੇ ਬਾਹਰਲੇ ਕੰਟਰੀਆਂ ਜਿਵੇਂ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਜੀ, ਉਹਨਾਂ ਨੇ ਵੀ ਇਹ ਬਿਆਨ ਦਿੱਤਾ ਕਿ ਮੋਦੀ ਜਾਂ ਬੰਦਾ ਬਣ ਜਾਂ ਤਾਂ ਇਹ ਕਾਨੂੰਨ ਵਾਪਸ ਕਰ ਲਾ, ਔਰ ਜੇ ਸੰਘਰਸ਼ 'ਤੇ ਬੈਠੇ ਇੱਕ ਵੀ ਬੰਦੇ ਵੱਲ ਕੈਰੀ ਅੱਖ ਨਾਲ ਵੇਖਿਆ ਤਾਂ ਮੈਂ ਤੈਨੂੰ ਕੈਨੇਡਾ ਦੇ ਵਿੱਚ ਨਹੀਂ ਵੜਨ ਦਿਆਂਗਾ। ਇਸ ਕਰਕੇ ਇਹ ਸੰਘਰਸ਼ ਜਿਹੜਾ ਇੱਕ ਆਵਾਮ ਦੀ ਆਵਾਜ਼ ਬਣ ਚੁੱਕਾ, ਵਰਲਡ ਦੇ ਵਿੱਚ ਜਿਹੜਾ ਇੱਕ ਸੰਘਰਸ਼ ਜਿਹੜਾ ਸਾਡਾ ਉਹ ਇੱਕ ਬਹੁਤ ਵਿਸ਼ਾਲ ਰੂਪ ਧਾਰਨ ਕਰ ਚੁੱਕਾ। ਔਰ ਦੂਸਰੀ ਗੱਲ ਆ ਕਿ ਇਹ ਜਿਹੜੇ ਕਾਲੇ ਕਾਨੂੰਨ ਨੇ ਇਹ ਕਿਸਾਨੀ ਔਰ ਇਕੱਲੀ ਕਿਸਾਨੀ ਨਹੀਂ, ਕਿਉਂਕਿ ਕਿਸਾਨ ਹੈ ਤਾਂ ਇਨਸਾਨ ਹੈ, ਕਿਸਾਨੀ ਨਹੀਂ ਰਹੀ ਕਿਉਂਕਿ ਆਪਾਂ ਤਿੰਨ ਟਾਈਮ ਪ੍ਰਸ਼ਾਦਾ ਛਕਦੇ ਰੋਟੀ ਖਾਂਦੇ। ਹਰ ਇੱਕ ਬੰਦਾ ਜਿਹੜਾ ਇਸ ਧਰਤੀ ਦੇ ਉੱਪਰ ਆਇਆ ਉਸਨੇ ਕੁਛ ਨਾ ਕੁਛ ਖਾਣਾ, ਔਰ ਜਦੋਂ ਤਿੰਨ ਟਾਈਮ ਆਪਾਂ ਕੋਈ ਚੀਜ਼ ਖਾਂਦੇ ਕੁਛ ਵੀ ਆਪਣੇ ਅੰਦਰ ਜਾਂਦਾ ਤਾਂ ਉਹ ਕੌਣ ਪ੍ਰੋਡਿਊਸ ਕੌਣ ਕਰਦਾ ਆ? ਉਹ ਕਿਸਾਨ ਕਰਦਾ, ਠੀਕ ਹੈ ਨਾ ਜੀ। ਔਰ ਹਰ ਇੱਕ ਜਿਹੜਾ ਮਤਲਬ ਕਿਸਾਨ ਹੈ ਤਾਂ ਇਨਸਾਨ ਹੈ, ਔਰ ਇਹ ਜਿਹੜੇ ਡੈਥ ਵਾਰੰਟ ਨੇ ਕਿਸਾਨੀ ਦੇ ਪ੍ਰੋਡਕਸ਼ਨ ਦੇ ਨਾਂ ਦੇ ਉੱਤੇ ਤਿੰਨ ਕਾਲੇ ਕਾਨੂੰਨ ਜਿਹੜੇ ਡੈਥ ਵਾਰੰਟ ਨੇ। ਔਰ ਮੈਂ ਤਾਂ ਇੱਕ ਸਰਕਾਰ ਨੂੰ ਇਹ ਚੇਤਾਵਨੀ ਦਿੰਦਾ ਹਾਂ, ਮੋਦੀ ਸਰਕਾਰ ਨੂੰ, ਮੈਂ ਨਹੀਂ ਆਹ ਪੂਰਾ ਜਿਹੜਾ ਸੰਘਰਸ਼ ਹੈ, ਸਿਰਫ ਆਹ ਸੰਘਰਸ਼ ਨਹੀਂ, ਜਿੰਨਾ ਵੀ ਅੱਜ ਹਿੰਦੁਸਤਾਨ ਦੇ ਵਿੱਚ ਭਾਰਤ ਬੰਦ ਦਾ ਅੱਜ ਪੂਰਾ ਸੰਘਰਸ਼ ਆ, ਉਹਦੀ ਇੱਕ ਆਵਾਜ਼ ਹੈ ਕਿ ਮੋਦੀ ਹੱਲੇ ਵੀ ਮੰਨ ਜਾ, ਹੱਲੇ ਵੀ ਬੰਦਾ ਬਣ ਜਾ, ਕਾਨੂੰਨ ਵਾਪਸ ਲੈ ਲਾ 9 ਤਰੀਕ ਦੀ ਮੀਟਿੰਗ ਦੇ ਵਿੱਚ। ਇਹ ਨਾ ਹੋਵੇ ਕਿ ਜਿਹੜਾ ਆਵਾਮ ਆ, ਜਿਹੜਾ ਕਿਸਾਨ ਆ, ਜਿਹੜਾ ਅੱਜ ਜਿਹੜਾ ਸੰਘਰਸ਼, ਜਿਹੜਾ ਆਵਾਮ ਇੱਕ ਬਹੁਤ ਵਿਸ਼ਾਲ ਰੂਪ ਸੰਘਰਸ਼ ਲੈ ਚੁੱਕਾ, ਇਹ ਨਾ ਹੋਵੇ ਕਿ 9 ਤਰੀਕ ਤੋਂ ਬਾਅਦ ਇੱਕ ਮੰਗ ਵਿੱਚ ਹੋਰ ਐਡ ਹੋ ਜਾਵੇ ਕਿ ਮੋਦੀ ਨੂੰ ਵੀ ਤਖ਼ਤ ਤੋਂ ਲਾਓ। ਪਰ ਮੋਦੀ ਦਾ ਜਿਹੜਾ ਕਿ ਆਪਣੇ ਮੰਤਰੀਆਂ ਕੋਲ ਜਿਹੜੀ ਕਿ ਮੀਟਿੰਗ ਕਰਾ ਰਹੀ, ਬਾਰ ਬਾਰ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਕਿ ਤੁਸੀਂ ਜਿਹੜੇ ਬੱਚੇ ਆ ਅਤੇ ਬਜ਼ੁਰਗ ਆ ਆਪਣੇ ਆਪਣੇ ਘਰਾਂ ਨੂੰ ਵਾਪਸ ਚਲ ਜਾਓ, ਉਹਦੇ ਵਿੱਚ ਕੀ ਇਹਨਾਂ ਦਾ ਰਾਜ ਹੈ ਸਰਕਾਰ? ਉਹਦੇ ਵਿੱਚ ਰਾਜ ਦੇਖੋ ਸਰ ਜੀ, ਅਸੀਂ ਪੰਜਾਬੀ ਹਾਂ, ਪੰਜਾਬ ਦੇ ਜੰਮਿਆਂ ਨੂੰ ਨਿੱਤ ਮਹਿਮਾ, ਅਸੀਂ ਪੈਦਾ ਹੀ ਸੰਘਰਸ਼ਾਂ ਦੇ ਵਿੱਚੋਂ ਹੋਏ ਹਾਂ, ਅਸੀਂ ਬਾਰਡਰ ਏਰੀਏ ਦੇ ਲੋਕ ਹਾਂ, ਸਾਡੇ ਵਾਸਤੇ ਕੋਈ ਬਹੁਤ ਵੱਡੀ ਗੱਲ ਨਹੀਂ ਹੈਗੀ ਇਹ, ਅਸੀਂ ਤਾਂ ਸੰਘਰਸ਼ਾਂ ਦੇ ਵਿੱਚੋਂ ਪੈਦਾ ਹੋਏ। ਸ਼ਹਿਰ ਕਹਿੰਦਾ ਜਦ ਵੀ ਦੇਸ਼ ਨੂੰ ਖੂਨ ਦੀ ਲੋੜ ਪੈ ਗਈ, ਹਾਮੀ ਹੱਸ ਕੇ ਭਰੀ ਪੰਜਾਬੀਆਂ ਨੇ, ਜਦ ਵੀ ਜ਼ੁਲਮ ਦੀ ਨਦੀ ਵਿੱਚ ਕਾ ਗਿਆ ਛਾਲਾਂ ਮਾਰ ਕੇ ਤਰੀ ਪੰਜਾਬੀਆਂ ਨੇ, ਔਰ ਰਚਿਆ ਕਿਤੇ ਸਵੰਬਰ ਜਾਵੇ ਤਾਂ ਮਾਤਾ ਲਾੜੀ ਮੌਤ ਵੀ ਵਰੀ ਪੰਜਾਬੀਆਂ ਨੇ, ਬਾਰਡਰਾਂ 'ਤੇ ਅਸੀਂ ਮਰਦੇ, ਲਾੜੀ ਮੌਤ ਵੀ ਵਰੀ ਪੰਜਾਬੀਆਂ ਨੇ, ਚਾਰੇ ਪਾਸਿਓਂ ਕਿਧਰੋਂ ਜੇ ਆਈ ਗੋਲੀ ਪਹਿਲਾਂ ਹਿੱਕ 'ਤੇ ਜਰੀ ਪੰਜਾਬੀਆਂ ਨੇ, 5 ਨਦੀਆਂ ਦੀ ਧਰ 'ਤੇ ਜਾ ਕੇ ਉੱਤੇ ਜਿਹੜੀ ਮੌਤ ਦੀ ਹਿੱਕ 'ਤੇ ਵੱਸਦੀ ਹੈ, ਇੱਕੋ ਮਾਂ ਪੰਜਾਬ ਨੇ ਅਣਖ ਬਦਲੇ ਜਿਹੜੀ ਪੁੱਤ ਮਰਵਾ ਕੇ ਹੱਸਦੀ ਹੈ। ਇਹ ਗੱਲ ਸੱਚ ਹੋਈ ਕਿ ਨਹੀਂ ਹੋਈ? ਇੱਕ ਦਿਨ ਇੱਕ ਸਾਡਾ ਵੀਰ ਉਹ ਬਾਰਡਰ ਦੇ ਉੱਤੇ ਸ਼ਹੀਦ ਹੋ ਗਿਆ ਅਤੇ ਉਹਦਾ ਪਿਤਾ ਕਿੱਥੇ ਸੀਗਾ? ਉਹ ਧਰਨੇ 'ਤੇ ਸੀ। ਸੋ ਇਸ ਕਰਕੇ ਸਾਡੇ ਵਾਸਤੇ ਕੋਈ ਬਹੁਤ ਵੱਡੀ ਗੱਲ ਨਹੀਂ, ਇਹ ਜੋ ਮਰਜ਼ੀ ਕਰ ਲੈਣ, ਬੇਸ਼ੱਕ ਕੀ ਕਰਨਗੇ, ਸਾਡੇ ਗੋਲੀਆਂ ਮਾਰਨਗੇ, ਮਾਰ ਲੈਣ ਗੋਲੀਆਂ, ਜੋ ਮਰਜ਼ੀ ਕਰ ਲੈਣ, ਇਹਨਾਂ ਨੂੰ ਵਾਪਸ ਲੈਣੇ ਹੀ ਪੈਣੇ। ਸਿਰਫ 2 ਬਾਂਦਰਾਂ ਦੇ, ਅੰਡਾਨੀ ਅਤੇ ਅੰਬਾਨੀ, ਉਹ ਕਾਰਪੋਰੇਟ ਘਰਾਣੇ ਉਹਨੂੰ ਰਜਾਉਣ ਵਾਸਤੇ ਅੱਜ ਦੇਸ਼ ਦੇ ਵਿੱਚ ਐਡੀ ਵੱਡੀ ਜਿਹੜੀ ਆ ਅਰਾਜਕਤਾ ਫੈਲਾ ਰਿਹਾ ਨਰਿੰਦਰ ਮੋਦੀ। ਸਰ ਜਿਹੜਾ ਕਿ ਅੰਦੋਲਨ ਦੇ ਵਿੱਚ ਕਿਸਾਨੀ ਅੰਦੋਲਨ 'ਚ ਜਿੱਦਾਂ ਫਿਰ ਪ੍ਰਸਤ ਕਰਨ ਲਈ ਖਾਲਿਸਤਾਨ ਦਾ ਰੂਪ ਜਿਹੜਾ ਦੇਣ ਦਾ ਗੱਲ ਕਹਿ ਰਹੇ, ਉਹਨੂੰ ਤੁਸੀਂ ਕਿੱਦਾਂ ਮੰਨਦੇ ਹੋ? ਦੇਖੋ ਜੀ, ਖਾਲਿਸਤਾਨੀ ਅੱਜ ਤੱਕ ਜਿਹੜਾ ਖਾਲਿਸਤਾਨ ਦੀ ਡੈਫੀਨੇਸ਼ਨ ਇਹ ਦਿੱਤੀ ਕਿ
ਕਿ ਪੱਗਾਂ ਵਾਲੇ ਜਿਹੜੇ ਖਾਲਿਸਤਾਨ ਮੰਗਦੇ ਸਾਨੂੰ ਪੱਗਾਂ ਵਾਲਿਆਂ ਨੂੰ ਖਾਲਿਸਤਾਨੀ ਇਹਨਾਂ ਨੇ ਇੱਕ ਐਲਾਨ ਦਿੱਤਾ ਨਾ ਇੱਕ ਪੂਰੀ ਜਿਹੜਾ ਪੂਰੇ ਵਰਲਡ ਦੇ ਵਿੱਚ ਸਾਨੂੰ ਬਦਨਾਮ ਕਰਤਾ ਕਿ ਪੱਗਾਂ ਵਾਲੇ ਜਿਹੜੇ ਖਾਲਿਸਤਾਨ ਮੰਗਦੇ ਹੁਣ ਰਾਜਸਥਾਨ ਵਾਲੇ ਖਾਲਿਸਤਾਨ ਮੰਗਦੇ ਤਾਮਿਲਨਾਡੂ ਵਾਲੇ ਖਾਲਿਸਤਾਨ ਮੰਗਦੇ ਆਂਧਰਾ ਵਾਲੇ ਖਾਲਿਸਤਾਨ ਮੰਗਦੇ ਬਿਹਾਰ ਵਾਲੇ ਖਾਲਿਸਤਾਨ ਮੰਗਦੇ ਯੂਪੀ ਵਾਲੇ ਖਾਲਿਸਤਾਨ ਮੰਗਦੇ ਹੁਣ ਦੱਸੋ ਗੁਜਰਾਤ ਦੇ ਇਹ ਮੋਦੀ ਦੇ ਆਪਦੇ ਜਿਹੜੇ ਇਹਦੇ ਆਪਦੇ ਘਰ ਦੇ ਬੰਦੇ ਉਹ ਖਾਲਿਸਤਾਨੀ ਨੇ ਜੋ ਮਰਜ਼ੀ ਬਕਵਾਸ ਕਰ ਲੈਣ ਅੱਜ ਖਾਲਿਸਤਾਨ ਵਾਲਾ ਜਿਹੜਾ ਇਸ਼ੂ ਆ ਜਿਹੜਾ ਖਾਲਿਸਤਾਨ ਵਾਲਾ ਪੱਤਾ ਉਹ ਇਹਨਾਂ ਦਾ ਬਿਲਕੁਲ ਫੇਲ ਹੋ ਚੁੱਕਾ ਹਾਲ ਦੇਸ਼ ਪ੍ਰੋਟੈਸਟ ਕਰ ਰਹੇ ਆ ਜੀ ਲੰਡਨ ਦੇ ਵਿੱਚ ਵੀ ਜਿਹੜੇ ਖਾਲਿਸਤਾਨ ਦੇ ਝੰਡੇ ਲਹਿਰਾਏ ਗਏ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਦੇਖੋ ਜੀ ਉਹਨਾਂ ਨੇ ਲਹਿਰਾਇਆ